ਚੌਧਰੀ, ਓਮ ਪ੍ਰਕਾਸ਼ ਚੁਟਾਲਾ, ਇੰਡੀਅਨ ਨੈਸ਼ਨਲ ਲੋਕਦਲ। ਹੁਣ ਮੈਂ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਆਉਣ, ਆ ਕੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਣੇ ਬਜ਼ੁਰਗਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ, ਉਹਨਾਂ ਨੇ ਇੱਕ ਆਪਾਂ ਨੂੰ ਹੱਕ ਦਵਾਇਆ, ਵੋਟ ਦਾ ਹੱਕ, ਜਿਹਦੇ ਰਾਹੀਂ ਤੁਸੀਂ ਆਪਣੀ ਨੁਮਾਇੰਦੇ ਚੁਣਦੇ ਹੋ, ਆਪਣੀ ਸਰਕਾਰ ਬਣਾਉਂਦੇ ਹੋ। ਜੇ ਸਹੀ ਫੈਸਲਾ ਲੈਂਦੇ ਹੋ 5 ਸਾਲ ਖੁਸ਼ੀਆਂ ਰਹਿੰਦੀਆਂ, ਜੇ ਗਲਤ ਫੈਸਲਾ ਹੋ ਜਾਂਦਾ ਫਿਰ 5 ਸਾਲ ਪਛਤਾਉਣਾ ਪੈਂਦਾ। ਦੇਸ਼ ਵਿੱਚ ਬੜੀਆਂ ਪਾਰਟੀਆਂ, ਪਰ ਆਪਾਂ ਨੂੰ ਦੇਖਣ ਦੀ ਲੋੜ ਹੈ ਕਿਹੜੀ ਪਾਰਟੀ ਆਪਣੀ ਵਿਚਾਰਧਾਰਾ ਨਾਲ ਸਹਿਮਤ ਹੈ, ਕਿਹੜੀ ਪਾਰਟੀ ਆਪਣਾ ਦੁੱਖ ਦਰ ਜਾਣਦੀ ਹੈ, ਕਿਹੜੀ ਪਾਰਟੀ ਆਪਣੀ ਆਵਾਜ਼ ਉਠਾਉਂਦੀ ਹੈ, ਕਿਹੜੀ ਪਾਰਟੀ ਆਪਣੇ ਵਿੱਚ ਰਹਿੰਦੀ ਹੈ ਅਤੇ ਆਪਣੇ ਨਾਲ ਵਿਚਰਦੀ ਹੈ। ਦੇਖੋ, ਪਿੰਡਾਂ ਦੀ ਸ਼ਕਤੀ, ਪੂਰੇ ਦੇਸ਼ ਵਿੱਚ 80% ਲੋਕ ਪਿੰਡਾਂ 'ਚ ਰਹਿੰਦੇ ਹੈ, ਪਰ ਪਿੰਡਾਂ ਦੀ ਪਾਰਟੀਆਂ ਨੂੰ ਤਾਕਤ ਨਹੀਂ ਮਿਲਦੀ ਕਿਉਂਕਿ ਆਪਾਂ ਵੰਡੇ ਜਾਂਦੇ ਹਾਂ। ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਲੋਕਦਲ, ਦੋ ਪਿੰਡਾਂ ਦੀਆਂ ਪਾਰਟੀਆਂ, ਗਰੀਬ ਕਿਸਾਨ ਮਜ਼ਦੂਰ ਛੋਟੇ ਵਪਾਰੀ ਦੀ ਪਾਰਟੀਆਂ, ਦੋਨੋਂ ਪਾਰਟੀਆਂ ਦੇ ਲੀਡਰ ਤੁਹਾਡੇ ਵਿੱਚੋਂ ਨਿਕਲੇ ਹੈ, ਦੋਨੋਂ ਪਾਰਟੀਆਂ ਦੇ ਲੀਡਰ ਤੁਹਾਡੀ ਲੜਾਈ ਲੜਦੇ ਹੈ। ਚੌਧਰੀ ਦੇਵੀ ਲਾਲ ਜੀ ਦਾ ਜੀਵਨ ਤੁਸੀਂ ਜਾਣਦੇ ਹੋ, ਚੌਧਰੀ ਦੇਵੀ ਲਾਲ ਨੇ ਸਾਰਾ ਜੀਵਨ ਤੁਹਾਡੇ ਵਿੱਚ ਲਾਇਆ, ਜਦੋਂ ਵੀ ਮੁੱਖ ਮੰਤਰੀ ਬਣੇ ਉਹਨਾਂ ਨੇ ਤੁਹਾਡੀ ਗੱਲ ਕੀਤੀ, ਇਸ ਇਲਾਕੇ ਦੀ ਗੱਲ ਕੀਤੀ, ਗਰੀਬ ਕਿਸਾਨ ਮਜ਼ਦੂਰ ਦੀ ਗੱਲ ਕੀਤੀ। ਤੁਸੀਂ ਭਾਵੇਂ ਉੱਤਰ ਪ੍ਰਦੇਸ਼ ਚਲੇ ਜਾਓ, ਭਾਵੇਂ ਮੱਧ ਪ੍ਰਦੇਸ਼ ਚਲੇ ਜਾਓ, ਭਾਵੇਂ ਗੁਜਰਾਤ ਚਲੇ ਜਾਓ, ਭਾਵੇਂ ਤਾਮਿਲਨਾਡੂ ਚਲੇ ਜਾਓ, ਉੱਥੇ ਕਿਸੇ ਵੀ ਕਿਸਾਨ ਗਰੀਬ ਮਜ਼ਦੂਰ ਨੂੰ ਪੁੱਛ ਲਓ ਕਿਸਾਨਾਂ ਦੀ ਗੱਲ ਕੌਣ ਕਰਨ ਵਾਲਾ ਹੈ, ਗਰੀਬਾਂ ਦੀ ਗੱਲ ਕੌਣ ਹੈ, ਕਹਿਣਗੇ ਚੌਧਰੀ ਦੇਵੀ ਲਾਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਦੋਨੋਂ ਹੀ ਭਰਾ, ਕਹਿੰਦੇ ਪਗਵਟ ਭਰਾ, ਮੈਂ ਖੂਨ ਦੇ ਰਿਸ਼ਤੇ ਨੂੰ ਵੀ ਜ਼ਿਆਦੇ। ਮੈਨੂੰ ਯਾਦ ਹੈ ਚੌਧਰੀ ਦੇਵੀ ਲਾਲ ਜੀ ਬਾਦਲ ਸਾਹਿਬ ਨੂੰ ਕੁਛ ਵੀ ਕਹਿ ਦਿੰਦੇ, ਬਾਦਲ ਸਾਹਿਬ ਨੇ ਨਾਨਕੀ ਕੀਤੀ, ਅਤੇ ਬਾਦਲ ਸਾਹਿਬ ਕੁਛ ਵੀ ਕਹਿ ਦਿੰਦੇ, ਚੌਧਰੀ ਦੇਵੀ ਲਾਲ ਜੀ ਨੇ ਨਾਨਕੀ ਕੀਤੀ। ਜੇ ਬਾਦਲ ਸਾਹਿਬ ਦਾ ਵੀ ਜੀਵਨ ਦੇਖੋ, ਉਹ ਵੀ ਚੌਧਰੀ ਦੇਵੀ ਲਾਲ ਜੀ ਵਾਂਗੂ ਸਵੇਰੇ ਹੀ ਨਿਕਲ ਜਾਂਦੇ ਪਿੰਡਾਂ 'ਚ। ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ, ਸ਼ਹਿਰ, ਮੁਹੱਲਾ, ਗਲੀ ਨਹੀਂ ਜਿੱਥੇ ਬਾਦਲ ਸਾਹਿਬ ਆਪ ਨਾ ਪੈ ਗਏ ਹੋਣ। ਅੱਜ ਵੀ ਸਵੇਰੇ ਜਦੋਂ ਮੈਂ 6 ਵਜੇ ਤਿਆਰ ਹੋਇਆ ਬਾਹਰ ਨਿਕਲਿਆ, ਵੱਡੇ ਬਾਦਲ ਸਾਹਿਬ ਦੀ ਉਮਰ 92 ਸਾਲ ਹੈ, ਉਹ ਗੱਡੀ 'ਚ ਬੈਠੇ ਜਾਂਦੇ ਸੀ, ਮੈਂ ਕਿਹਾ ਕਿੱਥੇ ਚੱਲੇ ਹੋ, ਉਹ ਕਹਿੰਦੇ ਮੈਂ ਪਿੰਡਾਂ 'ਚ ਚੱਲਿਆ, ਉੱਥੇ ਪਿਆ ਕੇ ਬਹਿ ਕੇ ਗੱਲਾਂ ਕਰਾਂਗੇ ਕਿਸਾਨਾਂ ਨਾਲ। ਦੇਖੋ ਚੌਧਰੀ ਦੇਵੀ ਲਾਲ ਜੀ, ਮੈਨੂੰ ਯਾਦ ਹੈ ਮੁੱਖ ਮੰਤਰੀ ਵੀ ਹੁੰਦੇ, ਉਹ ਹੈਲੀਕਾਪਟਰ ਵੀ ਹੁੰਦਾ, ਜਾਂਦੇ ਜਾਂਦੇ ਪਾਇਲਟ ਨੂੰ ਕਹਿੰਦੇ ਯਾਰ ਪਿੰਡ 'ਚ ਰੋਕ ਲਾ, ਇੱਥੇ ਤਾਰ ਲਾ ਥੱਲੇ। ਪਿੰਡ ਵਾਲਿਆਂ ਨੂੰ ਪਤਾ ਹੀ ਲੱਗਦਾ ਸੀ, ਆਪ ਹੀ ਆ ਜਾਂਦੇ, ਦੱਸੋ ਮੰਜਾ ਡਾਹ ਲੈਂਦੇ ਸੀ, ਪੁਜਾਓ ਜੀ ਆਓ, ਦੱਸੋ ਕੀ ਗੱਲ ਆ। ਦੇਖੋ ਤੁਹਾਡੇ ਵਿੱਚ ਉਹਨਾਂ ਪਤਾ ਹੀ ਨਾ, ਉਹਨਾਂ ਨੂੰ ਐਂ ਨਹੀਂ ਲੱਗਦਾ ਸੀ ਕਿ ਮੈਂ ਮੁੱਖ ਮੰਤਰੀ ਹਾਂ,
ਉਹ ਤਾਂ ਤੁਹਾਡੇ ਸੀ, ਤੁਹਾਡੇ ਆਪਣੇ। ਮੈਨੂੰ ਯਾਦ ਹੈ ਇੱਕ ਵਾਰ ਮੈਂ ਚਟਾਲੇ ਪਿੰਡ ਚਲਾ ਗਿਆ ਮਿਲਣ ਵਾਸਤੇ ਵੱਡੇ ਚੌਧਰੀ ਸਾਹਿਬ ਨੂੰ। ਮੈਂ ਘਰੇ ਗਿਆ, ਕਹਿੰਦੇ ਮੇਰੇ ਕੋਲ, ਕਹਿੰਦੇ ਜੀ ਉਹ ਸਟੇਡੀਅਮ 'ਚ ਬੈਠੇ, ਪਿੰਡ ਦੇ ਸਟੇਡੀਅਮ 'ਚ। ਮੈਂ ਗਿਆ ਪਿੰਡ ਦੇ ਸਟੇਡੀਅਮ 'ਚ, ਮੈਂ ਦੇਖਿਆ ਮੰਜੇ 'ਤੇ ਡਾ ਕੇ ਚੌਧਰੀ ਦੇਵੀ ਲਾਲ ਜੀ ਬੈਠੇ ਮੰਜੇ 'ਤੇ, ਅਤੇ ਛੋਟੇ ਛੋਟੇ ਬੱਚੇ 300-400 ਬੱਚਾ ਪੜ੍ਹਾਈ ਬੈਠੇ। ਮੈਂ ਇਹਨਾਂ ਨੂੰ, ਮੈਂ ਕਿਹਾ ਪਤਾ ਨਹੀਂ ਕਿਵੇਂ ਬੱਚਿਆਂ ਨੂੰ ਬਿਠਾਈ, ਨਾਲੇ ਟੋਫੀਆਂ ਦੇਈ ਜਾਣ, ਬਦਾਮ ਖੁਆਈ ਜਾਣ, ਮਿਠਾਈ ਖੁਆਈ ਜਾਣ। ਨਾਲੇ ਮੈਂ ਦੇਖਿਆ 5 ਮਿੰਟ ਬਾਅਦ ਉੱਤੋਂ ਹੈਲੀਕਾਪਟਰ ਆਇਆ ਅਤੇ ਉੱਥੇ ਉੱਤਰ ਗਿਆ ਸਟੇਡੀਅਮ। ਮੈਂ ਸਮਝਿਆ ਕਿ ਸ਼ਾਇਦ ਚੌਧਰੀ ਸਾਹਿਬ ਨੂੰ ਲੈਣ ਵਾਸਤੇ ਆਇਆ, ਚੌਧਰੀ ਸਾਹਿਬ ਨੇ ਦਿੱਲੀ ਜਾਣਾ ਹੋਇਆ, ਚੰਡੀਗੜ੍ਹ ਜਾਣਾ ਹੋਇਆ। ਉਹ ਹੈਲੀਕਾਪਟਰ 'ਚੋਂ ਦਰਵਾਜ਼ੇ ਖੁੱਲ੍ਹੇ ਅਤੇ 5-7 ਬੱਚੇ ਨਿਕਲੇ ਪਿੰਡ ਦੇ, ਅਤੇ 5-7 ਬੱਚੇ ਚੌਧਰੀ ਸਾਹਿਬ ਕੋਲ ਬੈਠੇ ਸੀ, ਉਹ ਜਾ ਕੇ ਹੈਲੀਕਾਪਟਰ 'ਚ ਬਹਿ ਗਏ। ਮੈਂ ਕਿਹਾ ਚੌਧਰੀ ਸਾਹਿਬ ਜੀ, ਕਹਿੰਦਾ ਮੈਂ ਦੇਖਿਆ, ਮੈਂ ਪਾਇਲਟ ਨੂੰ ਕਿਹਾ ਸ਼ਾਮ ਤੱਕ ਝੂਟੇ ਦਵਾਈ ਰੱਖ ਸਾਰੇ ਬੱਚਿਆਂ ਨੂੰ। ਦੇਖੋ ਪੰਜਾਬ ਹਰਿਆਣੇ ਦੇ ਮੁੱਖ ਮੰਤਰੀ ਪਿੰਡ 'ਚ ਬੈਠੇ ਸਾਰੇ ਬੱਚਿਆਂ ਨੂੰ ਕਹਿੰਦਾ, ਜੇ ਆਹ ਹੈਲੀਕਾਪਟਰ ਮੇਰਾ ਨਹੀਂ, ਇਹਨਾਂ ਦਾ ਸਾਰਾ ਤੁਹਾਡਾ ਹੀ ਹੈ, ਕਰੋ ਐਸ਼। ਕਹਿੰਦਾ ਤੱਬੀ ਚਲੋ ਕੰਮ ਸੁਪਨੇ ਪਰ ਮੁੰਡ। ਸੋ ਸ਼ਾਮ ਤੱਕ ਪਾਇਲਟ ਥੱਕ ਗਿਆ, ਪਰ ਝੂਟੇ ਦਵਾ ਦਵਾ ਕੇ ਸਾਰੇ ਪਿੰਡ ਨੂੰ ਝੂਟੇ ਦਵਾ ਦੇ। ਦੇਖੋ ਇਹ ਜਿਹਾ ਮੁੱਖ ਮੰਤਰੀ। ਹੁਣ ਅੱਜ ਕੱਲ੍ਹ ਜਿਹੜੇ ਮੁੱਖ ਮੰਤਰੀ ਬਣਦੇ ਆ, ਹਵਾ ਨਾਲ ਬਣਦੇ ਆ। ਹਵਾ ਆਈ, ਗੱਲ ਕਿਸ ਹਵਾ ਕਿਸੇ ਦੀ ਹੋਈ ਅਤੇ ਆਪ ਬਣ ਗਏ ਮੁੱਖ ਮੰਤਰੀ। ਮੁੱਖ ਮੰਤਰੀ ਬਣ ਗਏ ਕਿ ਉਹ ਮੁੱਖ ਮੰਤਰੀ ਜਿਹੜੇ ਅੱਜ ਕੱਲ੍ਹ ਦੇ ਮੁੱਖ ਮੰਤਰੀ ਆ, ਕੀ ਤੁਹਾਡੇ ਕੋਲ ਆਉਂਦੇ ਆ, ਤੁਹਾਡੇ ਪਿੰਡਾਂ 'ਚ ਆਉਂਦੇ ਆ, ਕਿੰਨੇ ਤੁਹਾਡੇ ਗਲੀਆਂ 'ਚ ਆਉਂਦੇ ਆ, ਤੁਹਾਡੇ ਮੁਹੱਲਿਆਂ 'ਚ ਆਉਂਦੇ ਆ, ਤੁਹਾਡੇ ਨਾਲ ਬਹਿ ਕੇ ਗੱਲ ਕਰਦੇ ਆ? ਨਾ, ਉਹ ਹਵਾ ਆਈ, ਪਰ ਜਦੋਂ ਹਵਾ ਰੁਕਦੀ ਹੈ ਨਾ, ਪਰ ਉਹ ਬੰਦਾ ਉਦੋਂ ਹੀ ਡਿੱਗ ਪੈਂਦਾ। ਅੱਜ ਹਵਾ ਰੁਕੀ ਪਈ ਹੈ, ਮੈਂ ਤੁਹਾਨੂੰ ਅੱਜ ਦੱਸਾਂ। ਸਰਸਾ ਜ਼ਿਲ੍ਹਾ ਮੈਂ ਸਾਰਾ ਗਾ ਕੇ ਆਇਆ, ਇੱਕ ਵੀ ਸੀਟ ਸਰਸੇ ਦੀ ਬੀਜੇਪੀ ਕੋਲ ਨਹੀਂ ਹੈ, ਇੱਕ ਵੀ ਨਹੀਂ ਜਿੱਤੀ, ਨਾ ਕਾਂਗਰਸ ਜਿੱਤਣੀ ਹੈ। ਮੈਂ ਤੁਹਾਨੂੰ ਅੱਜ ਦਾ, ਨਾ ਕਾਂਗਰਸ ਨਾ ਬੀਜੇਪੀ ਇੱਕ ਸਰਸੇ ਦੀ ਇੱਕ ਵੀ ਨਹੀਂ ਜਿੱਤੀ। ਜਾਂ ਆਜ਼ਾਦ ਜਿੱਤਣਗੇ, ਜਾਂ ਇੰਡੀਅਨ ਨੈਸ਼ਨਲ ਲੋਕਦਲ, ਜਾਂ ਅਕਾਲੀ ਦਲ ਦੇ ਜਿੱਤਣਗੇ ਸਰਸੇ ਜ਼ਿਲ੍ਹੇ। ਉਵੇਂ ਹੀ ਇੱਧਰ ਰੋਹਤਕ ਚਲੇ ਜਾਓ, ਜੀਨ ਚਲੋ ਹਵਾ ਚਲੀ ਜਾਂਦੀ ਹੈ, ਕਿਉਂਕਿ ਲੋਕਾਂ ਨੇ ਪਛਾਣ ਲਿਆ ਕਿ ਆਪਣੇ ਕਿਹੜੇ ਹੈ। ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਕਿਸਾਨਾਂ ਦੀ ਗੱਲ ਕੀਤੀ ਉਹਨਾਂ ਨੇ। ਦੇਖੋ ਪੰਜਾਬ ਹਿੰਦੁਸਤਾਨ ਦਾ ਇਕੱਲਾ ਸੂਬਾ ਹੈ ਜਿੱਥੇ ਟਿਊਬਵੈੱਲਾਂ ਦੇ ਬਿੱਲ ਮਾਫ਼ ਆ, 20 ਸਾਲ ਹੋ ਗਏ ਮਾਫ਼ ਕੀਤੇ ਨੂੰ। ਤੁਸੀਂ ਦੇਖ ਲਓ, ਸਾਡੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਗੱਡੇ ਦੇ, ਆਪਣੇ ਟਰੈਕਟਰ 'ਤੇ ਟੈਕਸ ਲੱਗਦਾ ਹੁੰਦਾ ਸੀ। ਬਾਦਲ ਸਾਹਿਬ ਮੁੱਖ ਮੰਤਰੀ ਕਹਿੰਦੇ ਅੱਜ ਅੱਜ ਜੱਟ ਦਾ ਗੱਡਾ ਕੋਈ ਟੈਕਸ ਨਹੀਂ ਲੱਗੂ, ਅੱਜ ਤੱਕ ਕੋਈ ਚਲਾਣ ਵੀ ਨਹੀਂ ਕਰਦਾ ਤੁਹਾਡੇ 'ਤੇ, ਮੈਨੂੰ ਤਾਂ ਪਿਆ ਵਿਆ ਦੇ ਚਲਾਣ ਹੁੰਦੇ ਟਰੈਕਟਰਾਂ ਦੇ। ਹੈਂ ਓਏ, ਸਾਡੇ ਮੈਂ ਕਿਹਾ ਤੁਸੀਂ ਸਾਡੇ ਕੋਲ ਲੈ ਆਇਆ ਕਰੋ ਪੰਜਾਬ ਟਰੈਕਟਰ ਟਰੁੱਕਟਰ ਦੱਬੀ ਚੱਲੋ, ਉੱਥੇ ਕੋਈ ਚਲਾਣ ਨਹੀਂ ਹੈ। ਜੱਟ ਦਾ ਗੱਡਾ ਕੀ ਚਲਾਣ ਕਰਕੇ ਕਰ ਲਓ, ਤੁਹਾਡੇ ਤਾਂ ਮੋਟਰਸਾਈਕਲ ਹੀ ਛੱਡਦੇ, ਮਤਲਬ 25-25-30 ਹਜ਼ਾਰ ਦਾ ਚੱਕੀ ਆਉਂਦੇ ਕੰਮ। ਹੈਂ ਮਤਲਬ ਉਹਨੇ ਦਾ ਮੋਟਰਸਾਈਕਲ ਨਹੀਂ ਜਿੰਨੇ ਦਾ ਚਲਾਣ ਕਰੀ ਜਾਂਦੇ ਆ। ਅਸੀਂ ਤਾਂ ਖੁੱਲ੍ਹਾ ਕੀਤਾ ਯਾਰ, ਚੱਲ ਲੈਂਦੇ ਹੁਣ ਮੁੰਡਿਆਂ ਖੁੰਡਿਆਂ ਨੇ ਮੋਟਰਸਾਈਕਲ ਚਲਾਉਣੇ, ਤਾਂ ਹੋਰ ਕੌਣ ਚਲਾਊਗਾ। ਐਵੇਂ ਆਪਾਂ ਛੋਟੀ ਛੋਟੀ ਬਰੀਕਾ ਖਜ਼ਾਨਾ, ਐਂ ਕੋਈ ਖਜ਼ਾਨਾ ਭਰਿਆ ਜਾਂਦਾ? ਐਂ ਥੋੜ੍ਹੀ ਖਜ਼ਾਨੇ ਭਰੇ ਜਾਂਦੇ ਆ। ਦੇਖੋ ਅੱਜ ਫਰਜ਼ ਤੁਹਾਡਾ, ਜਿਵੇਂ ਭੁਪਿੰਦਰ ਸਾਹਿਬ ਨੇ ਜ਼ਿਕਰ ਕੀਤਾ, ਅੱਜ ਤੁਹਾਡਾ ਫਰਜ਼ ਹੈ। ਇੱਕ ਉਹ ਪਰਿਵਾਰ ਚੌਧਰੀ ਦੇਵੀ ਲਾਲ ਜੀ ਜਿਹਨੇ ਆਪਣਾ ਸਾਰਾ ਜੀਵਨ ਤੁਹਾਡੀ ਸੇਵਾ 'ਚ ਲਾਤਾ, ਅੱਜ ਉਹ ਮੁਸ਼ਕਿਲ 'ਚ ਹੈ, ਚੁਟਾਲਾ ਸਾਹਿਬ ਜੇਲ੍ਹ 'ਚ ਹੈ। ਦੇਖੋ ਜਿਵੇਂ ਪਹਿਲੇ ਦੱਸਿਆ, ਕੋਈ ਰਿਸ਼ਵਤ ਕਰਕੇ ਨਹੀਂ ਉਹ ਜੇਲ੍ਹ 'ਚ ਗਏ, ਆਪਣੇ ਵਰਕਰਾਂ ਨੂੰ ਨੌਕਰੀਆਂ ਦਿੱਤੀਆਂ। ਜਿਹੜੇ ਵਰਕਰ ਦਿਨ ਰਾਤ ਮਿਹਨਤ ਕਰਦੇ ਸੀ, ਉਹਨਾਂ ਨੇ ਬੱਚਿਆਂ ਨੂੰ ਪਾਇਆ, ਅਤੇ ਜੇ ਉਹਨੂੰ ਜੇਲ੍ਹ 10 ਸਾਲ ਕਰਦੇ ਹੋ, ਇਹ ਤੋਂ ਵੱਡੀ ਬੇਇਨਸਾਫੀ ਕੀ ਹੈ?
ਅੱਜ ਉਹੀ ਬਜ਼ੁਰਗ 85 ਸਾਲ ਦੇ ਹੋਏ ਆ, ਜੇਲ੍ਹ 'ਚ ਬੈਠੇ ਆ। ਅਸੀਂ ਬਾਦਲ ਸਾਹਿਬ ਮੇਰੇ ਪਿਤਾ ਨੇ, ਮੈਂ ਬੜੀ ਕੋਸ਼ਿਸ਼ ਕੀਤੀ ਪਰਿਵਾਰ ਨੂੰ ਇਕੱਠੇ ਰੱਖਣ ਦੀ, ਪਰ ਅਸੀਂ ਕਾਮਯਾਬ ਨਹੀਂ ਹੋਏ। ਪਰ ਬਾਦਲ ਸਾਹਿਬ ਨੇ ਲੱਗਿਆ ਤਾਂ ਮੈਂ ਤਾਂ ਆਪਣੇ ਬਜ਼ੁਰਗਾਂ ਨਾਲ ਹੀ ਹਾਂ। ਦੇਖੋ ਆਪਣਾ ਫਰਜ਼ ਬਣਦਾ ਹੈ, ਚੌਟਾਲਾ ਸਾਹਿਬ ਨਾਲ, ਚੌਲ ਦੇਵ ਨਾਲ, ਉਸ ਪਰਿਵਾਰ ਨਾਲ ਖੜਨਾ, ਮੈਂ ਕਹਿੰਦਾ ਸਾਡਾ ਫਰਜ਼ ਬਣਦਾ। ਭਾਵੇਂ ਸਾਡਾ ਸਿਰ ਵੱਢਿਆ ਜਾਏ, ਕੁਛ ਨਾ ਮਿਲੇ, ਪਰ ਫਿਰ ਵੀ 1.25 ਲੱਖ ਵੀ ਹੋਏ ਨਾ, ਇਕੱਲੇ ਖੜੇ ਆ। ਮੈਂ ਤੁਹਾਨੂੰ ਅੱਜ ਦੱਸਾਂ, ਰਤੀਏ ਹਲਕੇ ਵਾਲਿਓ, ਯਾਰ ਆਹ ਜਿਹੜਾ ਹਲਕਾ ਨਾ, ਜਿਵੇਂ ਹੈੱਡਕੁਆਟਰ ਨਹੀਂ ਇਨੈਲੋ ਦਾ, ਗੜ ਮੱਲਾ ਦਾ, ਪਿਛਲੇ 8 ਇਲੈਕਸ਼ਨਾਂ 'ਚੋਂ 7 ਇਨੈਲੋ ਜਿੱਤੀ, ਇੱਥੇ 7 ਜਿੱਤੀ ਹੈ। ਯਾਰ ਹੁਣ ਕਿਉਂ ਮੰਨ ਦਿੰਦੇ ਹਾਂ ਦੂਜਿਆਂ ਨੂੰ, ਕਿਉਂ ਮੰਨ ਦਿੰਦੇ ਹਾਂ ਦੂਜਿਆਂ ਨੂੰ? ਮਾੜੇ ਚੰਗੇ ਫਿਰ ਵੀ ਆਪਾਂ ਆਪਣੇ ਘਰ ਦੇ ਬੰਦੇ ਹੀ ਆ ਨਾ, ਪਰਿਵਾਰ ਤਾਂ ਆਪਣਾ ਹੀ ਹੈ ਨਾ। ਐਵੇਂ ਗੱਲਾਂ 'ਚ ਆ ਜਾਣ, ਦੂਜੇ ਆਉਣਗੇ ਲੋਲੀਪੋਪ ਜਿਹੜੇ, ਅਸੀਂ ਆਹ ਕਰਦਾਂਗੇ, ਉਹ ਕਰਦਾ, ਆਹ ਕਰਦਾ, ਕਿਸੇ ਨੇ ਕੁਛ ਨਹੀਂ ਕਰਨਾ। ਆਪਣੇ ਆਪਣੇ ਹੁੰਦੇ, ਪਰਿਵਾਰ ਪਰਿਵਾਰ ਹੀ ਹੁੰਦਾ। ਯਾਰ ਇਨੈਲੋ ਦੇ ਪਰਿਵਾਰ ਦੇ ਮੈਂਬਰ ਹੋ ਤੁਸੀਂ, ਅਕਾਲੀ ਦਲ ਤੇ ਇਨੈਲੋ ਇੱਕੋ ਚੀਜ਼ ਹੈ। ਪੰਜਾਬ 'ਚ ਇਨੈਲੋ ਨੂੰ ਅਕਾਲੀ ਦਲ ਕਹਿੰਦੇ ਆ, ਹਰਿਆਣੇ 'ਚ ਅਕਾਲੀ ਦਲ ਨੂੰ ਇਨੈਲੋ ਕਹਿੰਦੇ, ਇੱਕੋ ਚੀਜ਼ ਹੈ, ਕੋਈ ਫਰਕ ਨਹੀਂ। ਮੈਨੂੰ ਲੱਗਦਾ ਜਦੋਂ ਪੰਜਾਬ 'ਚ ਰਾਜ ਹੁੰਦਾ, ਸਰ ਸ਼੍ਰੋਮਣੀ ਅਕਾਲੀ ਦਲ ਇਨੈਲੋ ਦੇ ਵਰਕਰ ਛਾਤੀ ਜਦੋਂ ਬਾਰਡਰ ਟੱਪਦੇ ਨਾ, ਚੌੜੇ ਹੋ ਜਾਂਦੇ ਕਿ ਸਾਡਾ ਰਾਜ ਆ ਪੰਜਾਬ। ਉਵੇਂ ਸ਼੍ਰੋਮਣੀ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਦੋਂ ਪੰਜਾਬ 'ਚ ਹਰਿਆਣੇ 'ਚ ਆਉਂਦਾ, ਚੰਦੋਲੀ ਸਾਹਿਬ ਦਾ ਰਾਜ ਆ, ਚੌੜਾ ਜਾ ਕੇ ਕੋਈ ਪ੍ਰਵਾਹ ਨਹੀਂ, ਕੋਈ ਸਤਲਾਂ ਜੂ ਨਹੀਂ ਕਰਦਾ, ਆਪਣਾ ਹੀ ਮੁੱਖ ਮੰਤਰੀ ਹੈ। ਦੇਖੋ ਕਿਸਾਨਾਂ ਦੀ ਆਵਾਜ਼ ਜੇ ਉਠਾਈ, ਗਰੀਬਾਂ ਦੀ ਆਵਾਜ਼ ਉਠਾਈ, ਮਜ਼ਦੂਰਾਂ ਦੀ ਆਵਾਜ਼ ਉਠਾਈ ਅਤੇ ਛੋਟੇ ਵਪਾਰੀਆਂ ਦੀ ਆਵਾਜ਼ ਉਠਾਈ, ਤਾਂ ਇਕੱਲੇ ਚੌਧਰੀ ਦੇਵੀ ਲਾਲ, ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਹੈ ਹਿੰਦੁਸਤਾਨ ਵਿੱਚ, ਸਭ ਤੋਂ ਪੁਰਾਣੀ ਪਾਰਟੀ ਹਿੰਦੁਸਤਾਨ ਦੇ ਇਤਿਹਾਸ ਵਿੱਚ। ਕਾਂਗਰਸ ਹੈ 120 ਸਾਲ ਪੁਰਾਣੀ ਪਾਰਟੀ ਹੈ, ਪਰ ਕਾਂਗਰਸ ਦਾ ਪਹਿਲਾ ਪ੍ਰਧਾਨ ਵੀ ਅੰਗਰੇਜ਼ ਹੁੰਦਾ ਸੀ, ਅਤੇ ਆਪਣਾ ਦੇਸ਼ ਦਾ ਨਹੀਂ ਹੁੰਦਾ ਸੀ, ਕਾਂਗਰਸ ਦਾ ਪਹਿਲਾ ਪ੍ਰਧਾਨ ਗੋਰਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਸਾਲ 100 ਸਾਲ ਪੂਰੇ ਹੋ ਜਾਣੇ ਹੈ। ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਜੇ ਦਿੱਤੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਲੀਡਰਾਂ ਨੇ ਦਿੱਤੀਆਂ। ਜੇ ਤੁਸੀਂ ਕਾਲਾ ਪਾਣੀ ਦੀ ਜੇਲ੍ਹ ਕਿਹਾ ਜਾਂਦਾ, ਅੰਗਰੇਜ਼ ਜਦੋਂ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਕਾਲਾ ਜਪਾਣੀ ਜੇਲ੍ਹ 'ਚ, ਆਪਣੇ ਦੇਸ਼ ਦੇ ਜਿਹੜੇ ਆਜ਼ਾਦੀ ਘੁਲਾਟੀ ਸੀ ਉਹਨਾਂ ਨੂੰ ਰੱਖਦੇ ਸੀ, ਤੁਸੀਂ ਕਾਲਾ ਪਾਣੀ ਦੀ ਜੇਲ੍ਹ ਜਾ ਕੇ ਦੇਖੋ, ਲਿਸਟ ਦੇਖ ਲਓ, 97% ਆਪਣੇ ਵਰਕਰ ਸੀ ਪੰਜਾਬ, 97%। ਤੋ ਇਸ ਕਰਕੇ ਅੱਜ ਆਪਾਂ ਇਲਾਕੇ ਦੀ ਸ਼ਾਨ ਵਾਸਤੇ, ਮੈਂ ਇਲਾਕੇ ਦੀ ਗੱਲ ਕਰਦਾ, ਹਰ ਬੰਦਾ ਆਪਣੀ ਪਰਿਵਾਰ ਦੀ ਗੱਲ ਕਰਦਾ, ਔਖੇ ਚੰਗੇ ਵਕਤ, ਚੰਗੇ ਮਾੜੇ ਵਰਕ ਆਉਂਦੇ, ਅੱਜ ਜਿਹੜੇ ਉੱਤੇ ਆ, ਆਹ ਜ਼ਿੰਦਗੀ ਦਾ ਸੂਲ ਹੈ, ਜਿਹੜਾ ਉੱਤੇ ਚੜ੍ਹਦਾ ਉਹਨੇ ਥੱਲੇ ਡਿੱਗਣਾ ਹੈ। ਹੁਣ ਜਿਹੜੇ ਅੱਜ ਚੜ੍ਹੇ ਬੈਠੇ ਹੋਣ ਤਾਂ ਡਿੱਗਣਾ, ਆਪਾਂ ਤਾਂ ਥੱਲੇ ਬੈਠੇ, ਆਪਾਂ ਤਾਂ ਚੜ੍ਹਨਾ ਹੀ ਹੈ, ਆਪਣਾ ਚੜ੍ਹਨਾ। ਮੈਂ ਤੁਹਾਨੂੰ ਦੱਸਾਂ, ਹਵਾ ਬੜੀ ਚੀਜ਼ ਹੈ, ਬੜੀ ਜ਼ਬਰਦਸਤ ਚੱਲ ਰਹੀ ਹੈ, ਮੈਂ ਤਾਂ ਫਰਕ ਦੇਖ ਰਿਹਾ, ਰੋਜ਼ ਤਬਦੀਲੀਆਂ ਹੋ ਰਹੀਆਂ ਹਰਿਆਣੇ 'ਚ, ਰੋਜ਼ ਤਬਦੀਲੀਆਂ ਹੋ ਰਹੀਆਂ। ਜਿਹੜੇ ਕਹਿੰਦੇ ਸੀ 75 ਤੋਂ ਪਾਰ, ਮੈਨੂੰ ਲੱਗਦਾ 30 ਤੋਂ ਪਾਰ ਨਹੀਂ ਟੱਪਣੇ, ਮੈਨੂੰ ਲੱਗਦਾ ਇਹੋ ਜਿਹੇ ਹਾਲਾਤ ਜਿਹੜੀ ਬਣੀ ਜਾਂਦੇ ਆ, ਇਹੋ ਜਿਹੇ ਹਾਲਾਤ ਬਣੀ ਜਾਂਦੇ ਹੈ। ਇਸ ਕਰਕੇ ਆਪਣੀਆਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਾ ਦਿਓ ਯਾਰ, ਤੁਹਾਡੀ ਆਪਣੀਆਂ ਮਾਂ ਪੀੜੀਆਂ ਪਾਰਟੀਆਂ, ਤੁਹਾਡੀ ਆਪਣੀਆਂ ਪਾਰਟੀਆਂ, ਤੁਹਾਡੇ ਬਜ਼ੁਰਗਾਂ ਦੇ, ਤੁਸੀਂ ਦੇਖੋ ਤੁਹਾਡੇ ਹਰ ਘਰ ਵਿੱਚ ਚੌਧਰੀ ਦੇਵੀਲਾਲ ਦੀ ਫੋਟੋ ਹੋਣੀ ਹੈ, ਬਾਦਲ ਸਾਹਿਬ ਦੀ ਫੋਟੋ ਹੋਣੀ ਹੈ। ਤੁਹਾਡੇ ਬਜ਼ੁਰਗ, ਇਕੱਲੇ ਮੇਰੇ ਪਿਤਾ ਬਜ਼ੁਰਗ ਨਹੀਂ ਸੀ, ਤੁਹਾਡੇ ਸਾਰਿਆਂ ਦੇ ਬਜ਼ੁਰਗ ਹੈ, ਤੁਹਾਡੇ ਬਜ਼ੁਰਗਾਂ ਨਾਲ ਉਹਨਾਂ ਦੀ ਸਾਥ ਰਿਹਾ। ਆਓ ਇਸ ਮੌਕੇ 'ਤੇ ਉਹਨਾਂ ਸਾਥ ਨਹੀਂ ਛੱਡਣਾ, ਇਕੱਠੇ ਹੋ ਕੇ ਉਹਨਾਂ ਦਾ ਸਾਥ ਦੇ ਕੇ ਤੱਕੜੀ ਚੋਣ ਨਿਸ਼ਾਨ ਨੂੰ ਜਿਤਾਈਏ। ਸਾਡੇ ਨੌ ਵੀਰ ਕੁਲਵਿੰਦਰ ਸਿੰਘ ਨੂੰ ਜਿਤਾਈਏ,
ਅੱਛਾ ਮੈਂ ਤੁਹਾਨੂੰ ਗੱਲ ਦੱਸਾਂ, ਰਾਏ ਸਿੰਘ ਭਾਈਚਾਰਾ ਜਿਹੜਾ ਨਾ, ਸਭ ਤੋਂ ਜ਼ਿਆਦਾ ਰਾਏ ਸਿੰਘ ਭਾਈਚਾਰਾ ਹਿੰਦੁਸਤਾਨ ਵਿੱਚ ਕਿੱਥੇ ਰਹਿੰਦਾ ਦੱਸੋ? ਜਲਾਲਾਬਾਦ। ਸਾਰਾ ਪੂਰੇ ਹਿੰਦੁਸਤਾਨ 'ਚ ਇੱਕ ਹਲਕਾ, ਅਸੈਂਬਲੀ ਹਲਕਾ ਜਿੱਥੇ ਸਭ ਤੋਂ ਵੱਧ ਰਾਏ ਸਿੰਘ ਭਾਈਚਾਰਾ ਰਹਿੰਦਾ, ਸਾਡੇ ਮੇਰੇ ਉੱਥੋਂ MLA ਮੈਂ ਹੈ, ਮੈਂ ਇਲੈਕਸ਼ਨ ਲੜਦਾ। ਤੁਸੀਂ ਦੇਖ ਲਓ, ਤੁਸੀਂ ਦੇਖ ਲਓ, 1.5 ਲੱਖ ਵੋਟ ਹੈ ਜਲਾਲਾਬਾਦ ਹਲਕੇ ਦੀ, 85,000 ਰਾਏ ਸਿੰਘ ਭੈਣ ਭਰਾ ਰਹਿੰਦੇ, 85,000। ਅੱਛਾ ਸਭ ਤੋਂ ਵੱਧ ਪਿਆਰ ਮੇਰੇ ਨਾਲ ਕਰਦੇ ਹੈ, ਸਭ ਤੋਂ ਵੱਧ। ਅੱਜ ਉੱਥੇ ਵੀ ਉਮੀਦਵਾਰ ਪੂਰੇ ਪੰਜਾਬ 'ਚ ਜੇ ਕੋਈ ਰਾਏ ਸਿੰਘ ਭਾਈਚਾਰੇ ਨੂੰ ਨੁਮਾਇੰਦਗੀ ਦਿੰਦਾ, ਅਕਾਲੀ ਦਲ ਦਿੰਦਾ, ਹਰਿਆਣੇ 'ਚ ਵੀ ਦੇਖ ਲਓ ਤੁਹਾਡਾ ਭਰਾ। ਇਕੱਠੇ ਹੋ ਜਾਓ ਯਾਰ, ਤੁਸੀਂ ਤਾਂ ਅੱਗੇ ਬੜੇ ਇਕੱਠੇ ਹੋ, ਇਕੱਠੇ ਹੋ ਜਾਓ। ਮੈਂ ਲੱਗਦਾ ਇੱਕ ਇੱਕ ਵੋਟ ਹਰ ਕਿਸਾਨ, ਗਰੀਬ, ਮਜ਼ਦੂਰ ਸਾਰੇ ਇਕੱਠੇ ਹੋ ਕੇ ਇੱਕ ਹੀ ਨਿਸ਼ਾਨਾ ਬਣਾਉਣਾ ਹੈ ਕਿ ਰਤੀਏ ਵਿੱਚ ਚੌਧਰੀ ਦੇਵੀ ਲਾਲ ਦਾ ਅਸਰ ਘਟਣ ਨਹੀਂ ਦੇਣਾ। ਅੱਜ ਉਹਨਾਂ ਦੀ ਯਾਦ ਵਿੱਚ, ਚੌਧਰੀ ਸਾਹਿਬ ਦੀ ਯਾਦ ਵਿੱਚ ਤੱਕੜੀ 4 ਨਿਸ਼ਾਨ ਦੇ ਵੋਟਾਂ ਪਾ ਕੇ ਆਪਣੇ ਇਲਾਕੇ 'ਚ ਕਬਜ਼ਾ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।